ਤਿਆਰ ਹੈ। ਅਕਾਲੀ ਵੀ ਇੱਕ ਪਾਸੇ ਆਪਣੇ ਮੁੱਦੇ ਲੈ ਕੇ ਤਿਆਰ ਨੇ ਅਤੇ ਆਮ ਆਦਮੀ ਪਾਰਟੀ ਵੀ ਇੱਕ ਪਾਸੇ ਆਪਣੇ ਮੁੱਦੇ ਲੈ ਕੇ ਤਿਆਰ ਨੇ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਸੰਭਾਵਿਕ ਹੈ ਕਿ ਕਾਂਗਰਸ ਦਾ ਥੋੜ੍ਹਾ ਇੱਥੇ ਬੋਲਬਾਲਾ ਜਿਹੜਾ ਹੈ ਜ਼ਿਆਦਾ ਹੋਵੇਗਾ। ਪਟਿਆਲਾ ਤੋਂ ਇਸ ਵਾਰ ਕਾਂਗਰਸ ਸੀਟ ਦੇ ਉੱਤੇ ਮਹਾਰਾਣੀ ਪ੍ਰਨੀਤ ਕੌਰ ਫਿਰ ਤੋਂ ਆਪਣੀ ਕਿਸਮਤ ਅਜਮਾਣਗੇ। ਡਾਕਟਰ ਧਰਮਵੀਰ ਗਾਂਧੀ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਉਹਨਾਂ ਦੇ ਅੰਗੇਂਸ਼ ਖੜ੍ਹੇ ਹੋ ਸਕਦੇ ਹਨ। ਪਟਿਆਲੇ ਦੀ ਜਨਤਾ ਤੁਸੀਂ ਜਾਣਦੇ ਹਾਂ ਕਿ ਇੱਥੇ ਪਹਿਲਾਂ ਐਮ ਪੀ ਨੇ ਕਿੰਨੀ ਕੁ ਡਿਵੈਲਪਮੈਂਟ ਕੀਤੀ, ਕੀ ਕੁਛ ਮੁੱਦੇ ਇੱਥੇ ਰਹਿਣਗੇ ਇਹਨਾਂ ਦੇ, ਅਤੇ ਕੀ ਕੁਛ ਜਿਹੜੇ ਉਹਨਾਂ ਨੂੰ ਆਪਣੇ ਜਿਹੜੇ ਸੱਤਾਧਾਰੀ ਲੋਕ ਹੈ ਉਹਨਾਂ ਤੋਂ ਪ੍ਰੋਮਿਸਿਸ ਚਾਹੀਦੇ ਹਨ? ਕੀ ਉਹ ਕੇਂਦਰ ਦੀ ਸਰਕਾਰ ਤੋਂ ਖੁਸ਼ ਨੇ ਜਾਂ ਪੰਜਾਬ ਦੀ ਸਰਕਾਰ ਤੋਂ ਕਿੱਥੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ? ਆਓ ਜਾਣਦੇ ਹਾਂ ਪਟਿਆਲੇ ਦੀ ਜਨਤਾ ਤੋਂ। ਜੀ, ਪੰਜਾਬ 'ਚ ਇਲੈਕਸ਼ਨ ਹੁਣ ਸਿਰ 'ਤੇ, ਪੰਜਾਬ ਹਿੰਦੁਸਤਾਨ 'ਚ ਇਲੈਕਸ਼ਨ ਸਿਰ ਦੇ ਉੱਤੇ ਨੇ, ਲੋਕ ਸਭਾ ਚੋਣਾਂ ਆ ਰਹੀਆਂ, ਬਸ ਕੀ ਸੋਚਦੇ ਹੋ ਕੀ ਐਮ ਪੀ ਤੁਹਾਡਾ ਕਿਹੜਾ ਬਣਨਾ ਚਾਹੀਦਾ? ਦੇਖੋ, ਸਾਡੇ ਤਾਂ ਪਟਿਆਲੇ ਦੇ ਵਿੱਚ ਤਾਂ ਮਹਾਰਾਣੀ ਪ੍ਰਨੀਤ ਕੌਰ ਹੀ ਆਊਗੀ। ਉਹ ਕਿਉਂ? ਉਹ ਇਸ ਤਰ੍ਹਾਂ ਕਿ ਜੋ ਡਿਵੈਲਪਮੈਂਟ ਇਸ ਪਰਿਵਾਰ ਨੇ ਕੀਤੀ ਹੈ ਬਤੌਰ ਮਹਾਰਾਣੀ ਨੇ ਵਿਦੇਸ਼ ਮੰਤਰੀ ਹੁੰਦੇ ਹੋਏ ਜਾਂ ਕੈਪਟਨ ਸਾਹਿਬ ਨੇ ਚੀਫ ਮਿਨਿਸਟਰ ਹੁੰਦੇ ਹੋਏ, ਪਟਿਆਲੇ ਨੂੰ ਮੁੜ ਉਸੇ ਵਿਰਾਸਤ ਵਿੱਚ ਦੁਬਾਰਾ ਲੈ ਆਏ ਨੇ। ਹੁਣ ਸਾਡੇ ਮੇਅਰ ਸੰਜੀਤ ਸ਼ਰਮਾ ਬਿੱਟੂ ਨੇ ਕਿੰਨੇ 100 ਕਰੋੜ ਰੁਪਏ ਲਗਾ ਕੇ ਪਟਿਆਲੇ ਨੂੰ ਹਾਰ ਹੀ ਬਦਲਤੀ। ਐਮਪੀ ਨੇ ਕੋਈ ਕੰਮ ਕੀਤਾ? ਡਾਕਟਰ ਧਰਮਵੀਰ ਗਾਂਧੀ ਨੇ, ਡਾਕਟਰ ਗਾਂਧੀ ਜੀ ਵੀ ਆ ਯੂਥ ਆਗੂ ਹੋਣ ਦੇ ਨਾਤੇ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹਾਂ ਕਿ ਲਾਸਟ 5 ਸਾਲ ਦੇ ਐਮਪੀ ਕਾਰਜਕਾਲ ਦੌਰਾਨ ਉਹਨਾਂ ਦੀ ਪਟਿਆਲੇ ਦੇ ਵਿੱਚ, ਡਿਸਟ੍ਰਿਕਟ ਪਟਿਆਲੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਰਹੀ, ਕਿਤੇ ਉਹ ਦਿਖੇ ਨਹੀਂ। ਉਹ ਕਹਿੰਦੇ ਨੇ ਅਸੀਂ ਇਹ ਕੀਤਾ ਉਹ ਕੀਤਾ, ਬਟ ਉਹ ਪਟਿਆਲੇ ਦੇ ਵਿੱਚ ਜਦੋਂ ਪਬਲਿਕ ਦੇ ਵਿੱਚ ਹੀ ਨਹੀਂ ਵਿਚਰਨਗੇ ਤਾਂ ਉਹ ਕੀ ਪਬਲਿਕ ਤੋਂ ਕੀ ਰੱਖਦੇ ਨੇ? ਨੌਕਰੀਆਂ ਦਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ, ਉਹ ਹਾਲ ਤੱਕ ਪੂਰਾ ਨਹੀਂ ਹੋਇਆ, ਕੀ ਤੁਸੀਂ ਸਮਝਦੇ ਹੋ ਵਾਅਦੇ ਤੱਕ? ਨੌਕਰੀਆਂ ਦੀ ਗੱਲ ਹੈ, ਨੌਕਰੀਆਂ ਇਕੱਲੀ ਸਰਕਾਰੀ ਨੌਕਰੀਆਂ ਤਾਂ ਉਹਨਾਂ ਹੈ ਨਹੀਂ, ਉਹ ਤਾਂ ਜਿੰਨੀਆਂ ਨਿਕਲਦੀਆਂ ਉਹਦੇ 'ਚ ਐਡਜਸਟਮੈਂਟ ਹੋਈ ਜਾ ਰਹੇ ਹੈ, ਔਰ ਬਿਨਾਂ ਸਿਫਾਰਿਸ਼ ਤੋਂ ਨਿਪਰਸ਼ ਹੋ ਕੇ ਨੌਕਰੀਆਂ ਮਿਲੀਆਂ। ਬਾਕੀ ਪ੍ਰਾਈਵੇਟ ਉਹਨਾਂ ਨੇ ਲੱਖ ਤੋਂ ਉੱਪਰ ਨੌਕਰੀਆਂ ਦੇ ਤੀਆਂ। ਦੇਖੋ, ਕੰਮ ਤਾਂ ਕੰਮ ਹੀ ਹੈ ਨਾ, ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਉਹ ਸਰਕਾਰੀ ਹੋਵੇ, ਔਰ ਬਿਲਕੁਲ ਠੀਕ ਤਰੀਕੇ ਨਾਲ ਚੱਲ ਰਿਹਾ। ਤੁਸੀਂ ਪਟਿਆਲੇ ਦੇ ਜਿਹੜੀ ਪ੍ਰਿੰਕਾ ਗਾਂਧੀ ਜੀ ਦੀ ਤੁਸੀਂ ਗੱਲ ਕੀਤੀ ਹੈ, ਇਹ ਕਾਂਗਰਸ ਦੀ ਮਿਜ਼ਾਈਲਾਂ ਨੇ, ਇਹ ਥੋੜ੍ਹਾ ਕਿ ਸਾਰੀਆਂ ਇੱਕਦਮ ਚਲਾ ਦੇਗੀ, ਜਿਹਦੀ ਜਿਸ ਟਾਈਮ ਜ਼ਰੂਰਤ ਹੁੰਦੀ ਹੈ ਉਸ ਟਾਈਮ ਚਲਾਈ ਜਾਂਦੀ ਹੈ। ਹੁਣ ਪ੍ਰਿੰਕਾ ਦੀ ਜ਼ਰੂਰਤ ਸੀ, ਪ੍ਰਿੰਕਾ ਆ ਗਈ। ਤੁਸੀਂ ਦੱਸੋ ਜੀ, ਕੀ ਮੁੱਦੇ ਕੀ ਕੁਛ ਰੱਖੋਗੇ ਇਲੈਕਸ਼ਨ ਦੇ ਵਿੱਚ, ਕੀ ਮੁੱਦੇ ਹੋਣੇ ਚਾਹੀਦੇ ਨੇ? ਪਟਿਆਲੇ ਦਾ ਵਿਕਾਸ, ਨਸ਼ਿਆਂ ਦਾ ਮੁੱਦਾ, ਕਿਸਾਨਾਂ ਦਾ ਮੁੱਦਾ, ਕੀ ਮੁੱਖ ਮੁੱਦਾ ਰਹੇਗਾ ਇੱਦਾਂ ਇਲੈਕਸ਼ਨ ਦੇ? ਦੇਖੋ, ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਕਿ ਜਿੱਥੇ ਵੀ ਕਾਂਗਰਸ ਦੀਆਂ ਸਰਕਾਰਾਂ ਆਈਆਂ, ਰਾਹੁਲ ਜੀ ਨੇ ਇੱਕ ਵਾਅਦਾ ਕੀਤਾ ਸੀ ਵੀ ਅਸੀਂ 10 ਦਿਨ 'ਚ ਕਰਜ਼ਾ ਮਾਫ਼ ਕਰ ਦਾਂਗੇ, ਉਹ ਕੰਮ 3 ਦਿਨ 'ਚ ਕਰਕੇ ਦਿਖਾਤਾ। ਵੈਰੀ ਗੁੱਡ। ਸਾਰੇ ਕਰਜ਼ੇ ਸਿਰਫ ਕਾਂਗਰਸ ਨੇ ਮਾਫ਼ ਕੀਤੇ, ਜਿਹੜੇ ਕਿ ਮੋਦੀ ਕਹਿੰਦਾ ਸੀ ਇਹ ਕਦੀ ਕਰ ਨਹੀਂ ਸਕਦੇ, ਅਸੀਂ ਕਰਕੇ ਦਿਖਾਇਆ। ਅਤੇ ਬਾਕੀ ਜਿਹੜੀ ਗੱਲ ਰਹਿ ਗਈ ਬੇਰੁਜ਼ਗਾਰੀ ਦੀ, ਤਾਂ ਰਾਹੁਲ ਉਹਨੇ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਵੀ 2 ਕਰੋੜ ਨੌਕਰੀਆਂ ਹਰ ਸਾਲ ਦਊਂਗਾ, 5 ਸਾਲ 'ਚ 10 ਕਰੋੜ। ਮੈਂ ਕਹਿੰਦਾ 10 ਲੱਖ ਵੀ ਜੇ ਜੋਬ ਲੱਗੀ ਹੁਣ। ਨਸ਼ਿਆਂ ਦਾ ਵਾਅਦਾ ਹੋਇਆ ਸੀ ਜੀ, ਨਸ਼ੇ ਖਤਮ ਕਰਨੇ। ਹੁਣ ਪੰਜਾਬ 'ਚ ਪਹਿਲੇ ਰੋਜ਼ ਅਖਬਾਰ 'ਚ ਆਉਂਦਾ ਸੀ ਨਸ਼ਿਆਂ ਕਰਕੇ ਇੰਨੀਆਂ ਮੌਤਾਂ, ਨਸ਼ਿਆਂ ਦੇ ਜਿੰਨੇ ਸੌਦਾਗਰ ਸੀ ਸਾਰੇ ਚੱਕੇ ਅੰਦਰ ਮਾਰੇ ਹੈ, ਬਹੁਤ ਵੱਡੇ ਵੱਡੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਬਹੁਤ ਜਲਦ ਚੱਕੇ ਮਾਰਨਗੇ। ਪਰ ਗਾਂਧੀ ਮਹਾਰਾਣੀ ਪ੍ਰਨੀਤ ਕੌਰ ਤੋਂ ਕਾਫੀ ਵੋਟਾਂ ਦੇ ਅੰਤਰ ਨਾਲ ਜਿੱਤੇ ਸੀ, ਕੀ ਸੋਚਦੇ ਇਸ ਵਾਰ ਵੀ ਜਿੱਤ ਸਕਣਗੇ? ਦੇਖੋ ਜੀ, ਇਹ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਵੀ ਹੁਣ ਇਹ ਜਿੱਤਣਗੇ ਜਾਂ ਨਹੀਂ ਜਿੱਤਣਗੇ, ਪਰ ਮੈਂ ਜਿਵੇਂ ਕਿ ਗਵਰਨਮੈਂਟ ਇੰਪਲੋਈ ਹਾਂ, ਮੈਂ ਜਿਹੜਾ ਦੇਖ ਰਿਹਾ ਕਿ ਵੀ 7 ਲੱਖ ਪੰਜਾਬ ਦੇ ਵਿੱਚ 7 ਲੱਖ 7.5 ਲੱਖ ਗਵਰਨਮੈਂਟ ਇੰਪਲੋਈ ਆ, ਉਹਦੇ ਵਿੱਚੋਂ ਐਜੂਕੇਸ਼ਨ ਡਿਪਾਰਟਮੈਂਟ ਦਾ 1.5 ਲੱਖ ਇੰਪਲੋਈ ਆ, ਜਿਹੜਾ ਕਿ ਬਹੁਤ ਸਾਰੀਆਂ ਮੰਗਾਂ ਲੈ ਕੇ ਕਾਂਗਰਸ ਸਰਕਾਰ ਹੈਗੀ ਹੈ ਜਿਵੇਂ ਹੁਣ ਸਾਡੇ ਇੱਥੇ, ਅਤੇ ਉਹਦੇ ਸਾਹਮਣੇ ਪੇਸ਼ ਹੋਈ ਆ, ਅਤੇ ਬਹੁਤ ਸਾਰੀਆਂ ਮੰਗਾਂ 'ਚੋਂ ਕੁਛ ਮੰਗਾਂ ਜਿਹੜੀਆਂ ਹੈਗੀਆਂ ਸਾਡੀਆਂ ਹੁਣ ਪਿੱਛੇ ਇਹਨਾਂ ਨੇ ਮੰਨੀਆਂ, ਅਤੇ ਹਜੇ ਵੀ ਲਮਕਰੀਆਂ, ਅਤੇ ਇਹਨਾਂ ਨੇ ਪਾਵਰ ਕਮੇਟੀ ਗਠਿਤ ਕੀਤੀ ਆ ਜਿਸ ਵਿੱਚ ਕਿ ਵੀ 3 ਮਹੀਨੇ ਦਾ ਸਮਾਂ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕਿ ਵੀ ਕਿਵੇਂ ਸਰਕਾਰ ਕਰਦੀ ਹੈ। ਬਾਕੀ ਇੰਪਲੋਈ ਹੈ, ਇੰਪਲੋਈ ਤਾਂ ਸਾਰਿਆਂ ਦੇ ਲਈ ਬਰਾਬਰ ਹੈ ਜੀ। ਰੋਜ਼ਗਾਰ ਦਾ ਮੁੱਦਾ ਮੁੱਖ ਮੁੱਦਾ ਰਹੇਗਾ ਜੀ ਇਸ ਇਲੈਕਸ਼ਨ ਦੇ ਵਿੱਚ, ਕੀ ਸੋਚਦੇ ਹੋ ਕਿ ਇੰਪੈਕਟ ਦੇਗਾ ਲੋਕ ਸਭਾ ਚੋਣਾਂ ਦੇ ਵਿੱਚ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ 2 ਗੱਲਾਂ ਇਸਦੇ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੇ ਤੱਕ ਆਪਾਂ ਅੱਜ ਤੁਸੀਂ ਲੇਟੈਸਟ ਦੇਖੋਗੇ ਤਾਂ ਮਹਾਰਾਜ ਸਾਹਿਬ ਦੀ ਸਰਕਾਰ ਨੇ ਜਿਹੜੇ ਟੀਚਰ ਸੀਗੇ ਅੰਦੋਲਨ ਕਰ ਰਹੇ ਸੀਗੇ ਉਹਨਾਂ ਦੀਆਂ ਵੀ ਸਾਰੀਆਂ ਮੰਗਾਂ ਉਹਨਾਂ ਨੂੰ ਮੰਗ ਕੇ ਉਹਨਾਂ ਨੂੰ ਪੱਕਾ ਕਰਤਾ ਹੈਗਾ, ਨੋਟੀਫਿਕੇਸ਼ਨ ਜਾਰੀ ਹੋ ਗਈ ਹੈ, ਕੈਬਨਿਟ ਨੇ ਪਾਸ ਕਰਤਾ, ਅਤੇ ਇਹ ਮਹਾਰਾਜ ਸਾਹਿਬ ਨੇ ਬਹੁਤ ਵਧੀਆ ਜਿਹੜਾ ਉਪਰਾਲਾ ਉਹ ਪੰਜਾਬ ਦੀ ਜਨਤਾ ਦੇ ਲਈ ਕੀਤਾ, ਜਿਹੜਾ ਇੰਪਲਾਈ ਵਰਗ ਹੈ ਉਹਦੇ ਲਈ ਕੀਤਾ, ਰੁਜ਼ਗਾਰ ਦੇ ਅਫਸਰ ਮੁਹੱਈਆ ਕਰਾਏ ਨੇ। ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਮੇਰੇ ਖਿਆਲ ਸ਼ਾਇਦ ਨਹੀਂ ਨਜ਼ਰ ਆਏਗੀ। ਪ੍ਰਿੰਕਾ ਗਾਂਧੀ
ਨੂੰ ਰਾਜਨੀਤੀ ਵਿੱਚ ਕਾਂਗਰਸ ਦੀ ਐਂਟਰੀ ਕਰਾਈ ਹੈ, ਕੀ ਸੋਚਦੇ ਉਹਦਾ ਫਾਇਦਾ ਮਿਲੇਗਾ ਕਾਂਗਰਸ ਨੂੰ ਕੁਛ? ਬਿਲਕੁਲ ਫਾਇਦਾ ਮਿਲੇਗਾ ਜੀ ਕਾਂਗਰਸ ਨੂੰ। ਕਾਂਗਰਸ ਦੀ ਮਿਜ਼ਾਈਲ ਹੈ ਇਹ, ਇਹਨਾਂ ਨੇ ਆਪਣੀ ਮਿਜ਼ਾਈਲਾਂ ਰੱਖੀਆਂ ਹੋਈਆਂ ਵੀ ਕਦੋਂ ਛੱਡਣੀਆਂ। ਇਹ ਪਹਿਲਾਂ ਵੀ ਪ੍ਰਿਅੰਕਾ ਗਾਂਧੀ ਦੀ ਸਪੋਰਟ ਤਾਂ ਪਹਿਲਾਂ ਵੀ ਸੀ, ਮਤਲਬ ਕਿ ਰਾਜਨੀਤੀ 'ਚ ਇਹਨਾਂ ਨੇ ਪਹਿਲਾਂ ਵੀ ਸੀ, ਹੁਣ ਇਹਨਾਂ ਨੇ ਆਪਣੀ ਮਜਾਇਲ ਤਿਆਰ ਕਰੀ ਹੈ ਪੂਰੀ। ਇਹਦਾ ਮਤਲਬ ਕਿ ਇਹਦਾ ਰਾਹੁਲ ਗਾਂਧੀ ਨੂੰ ਬਹੁਤ ਫਾਇਦਾ ਹੋਏਗਾ, ਕਾਂਗਰਸ ਨੂੰ ਬਹੁਤ ਫਾਇਦਾ ਹੋਏਗਾ। ਕਿਤੇ ਨਾ ਕਿਤੇ ਨੈਗੇਟਿਵ ਨਹੀਂ ਜਾਂਦਾ ਵੀ ਰਾਹੁਲ ਗਾਂਧੀ ਮਤਲਬ? ਨਹੀਂ ਇਹ ਤਾਂ ਮਤਲਬ ਕਿ ਉਹ ਇਹ ਤਾਂ ਉਲਟਾ ਜੀ, ਜਿਹੜੀ ਔਰਤਾਂ ਦੀ ਵੋਟ ਇਹਨਾਂ ਨਾਲ ਵਧੇਗੀ। ਅਸੀਂ ਇਹਨਾਂ ਦੇ ਵਿੱਚ ਇੰਦਰਾ ਗਾਂਧੀ ਦੀ ਛਵੀ ਵੀ ਦੇਖਦੇ ਹਾਂ, ਸਾਨੂੰ ਇਹ ਦੂਜੀ ਇੰਦਰਾ ਗਾਂਧੀ ਲੱਗਦੇ ਆ ਮੇਨਕਾ ਜੀ। ਤੁਸੀਂ ਦੱਸੋ ਆਪਣੇ ਐਮ ਪੀ ਤੋਂ ਕੀ ਚਾਹੁੰਦੇ ਹੋ? ਐਮ ਪੀ ਮਹਾਰਾਣੀ ਪ੍ਰਨੀਤ ਕੌਰ ਜੀ, ਤੁਹਾਡਾ ਮੁੱਦਾ ਕੀ ਰਹੇਗਾ ਐਮ ਪੀ ਦਾ? ਬੇਰੁਜ਼ਗਾਰੀ, ਵਿਕਾਸ ਜਿਹੜਾ ਚੱਲ ਰਿਹਾ ਉਹ ਕੰਟੀਨਿਊ ਹੁੰਦਾ ਰਹੇਗਾ। ਹੁਣ ਤੱਕ ਦੀ ਕੀ ਡਿਵੈਲਪਮੈਂਟ ਰਹੀ ਹੈ ਪੰਜਾਬ 'ਚ? ਜਦੋਂ ਮਹਾਰਾਣੀ ਸਾਹਿਬ ਆਏ, ਰਾਜਾ ਸਾਹਿਬ ਆਏ, ਉਦੋਂ ਤੋਂ ਵਿਕਾਸ ਚੱਲ ਰਿਹਾ ਹੈਗਾ, ਤਾਂ ਅੱਗੋਂ ਵੀ ਚੱਲਦਾ ਰਹੇਗਾ। ਕਿ ਪੰਜਾਬ ਦੇ ਵਿੱਚ ਕਾਂਗਰਸ ਗੌਰਮੈਂਟ ਹੈ, ਕਾਂਗਰਸ ਦੀ ਸਰਕਾਰ ਹੈ, ਤਾਂ ਕੀ ਇਹਦਾ ਕੋਈ ਫਾਇਦਾ ਮਿਲੇਗਾ ਲੋਕ ਸਭਾ ਚੋਣਾਂ? ਬਿਲਕੁਲ ਮਿਲੇਗਾ ਜੀ। ਕਾਂਗਰਸ ਪੁਰਾਣੀ ਪਾਰਟੀ ਹੈ ਜੀ, ਔਰ ਕੰਮ ਕਰਨ ਵਾਲੀ ਪਾਰਟੀ ਹੈ, ਔਰ ਇਹਦੇ ਕਾਫੀ ਫਾਇਦੇ ਹੋਣਗੇ ਜੀ, ਨਹੀਂ ਚੱਲ ਸਕਦੇ ਪੁਰਾਣੀ। ਇਸ ਵਾਰ ਇਲੈਕਸ਼ਨ 'ਚ ਸਰਜੀਕਲ ਸਟ੍ਰਾਈਕ, ਕਰਤਾਰਪੁਰ ਕੋਰੀਡੋਰ, ਜਾਂ ਫਿਰ ਪ੍ਰਿਅੰਕਾ ਗਾਂਧੀ ਵਰਸਿਸ ਰਾਹੁਲ ਗਾਂਧੀ? ਜਿਹੜੀ ਗੱਲ ਤੁਸੀਂ ਸਰਜੀਕਲ ਸਟ੍ਰਾਈਕ ਦੀ ਗੱਲ ਕੀਤੀ ਹੈ, ਅੱਜ ਜਿਹੜਾ ਸੋਸ਼ਲ ਮੀਡੀਆ ਬੜੀ ਤੇਜ਼ੀ ਦੇ ਨਾਲ, ਟੈਕਨੋਲੋਜੀ ਦੇ ਬਹੁਤ ਸਾਰਾ ਵਿਸਤਾਰ ਹੋਇਆ, ਤਾਂ ਬੀਜੇਪੀ ਸੋਸ਼ਲ ਮੀਡੀਆ ਦੇ ਜ਼ਰੀਏ ਤੱਕ ਡਿਟੇਟ ਨਹੀਂ ਕਰ ਸਕੀ ਇਹ ਸਰਜੀਕਲ ਸਟ੍ਰਾਈਕ ਕਿੱਥੇ ਹੋਇਆ, ਕਿੰਨੇ ਵਿਅਕਤੀ ਮਾਰੇ ਗਏ ਨੇ। ਇਹਦਾ ਬਹੁਤ ਵੱਡਾ ਜਿਹੜਾ ਨੈਗੇਟਿਵ ਜਿਹੜਾ ਫੈਕਟਰ ਹੈ ਉਹ ਬੀਜੇਪੀ 'ਤੇ ਪੈ ਰਿਹਾ। ਰਹੀ ਗੱਲ ਪੰਜਾਬ ਦੀ ਕੋਰੀਡੋਰ ਦੀ ਗੱਲ ਕਰਾਂਗਾ, ਤਾਂ ਇਹ ਸਿੱਖਾਂ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਮੁੱਦਾ, ਵੱਡੀ ਪੱਧਰ ਦੇ ਵਿੱਚ ਜਿਹੜੀਆਂ ਪੰਜਾਬ ਵਿੱਚ ਸਿੱਖ ਵੋਟਾਂ ਨੇ ਬਰਗਾੜੀ ਕਾਂਡ ਅਤੇ ਬਹਿਬਲ ਕੜਾ ਕਾਂਡ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਤੇ ਬਹੁਤ ਵੱਡੇ ਜਿਹੜੇ ਇਲਜ਼ਾਮ ਲੱਗੇ ਨੇ। ਕੈਪਟਨ ਅਮਰਿੰਦਰ ਸਿੰਘ ਜੀ ਉਸ ਕਾਂਡ ਨੂੰ ਮੁੜ ਜਿਹੜਾ ਖੋੜ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਹੇ ਨੇ। ਭਵਿੱਖ ਦੇ ਵਿੱਚ ਲੱਗਦਾ ਉਹ ਬਰਗਾੜੀ ਕਾਂਡ ਦਾ ਜਿਹੜਾ ਇਨਸਾਫ ਜੇ ਮਿਲਦਾ ਤਾਂ ਉਹ ਕਾਂਗਰਸ ਲਈ ਬਹੁਤ ਵੱਡਾ ਲਾਹੇਵੰਦ ਹੋਵੇਗਾ। ਬਰਗਾੜੀ ਕਾਂਡ ਦੀ ਇਹੀ ਗੱਲ ਕਰੀਏ ਤਾਂ ਕੀ ਤੁਹਾਨੂੰ ਲੱਗਦਾ ਕਿ ਕਾਂਗਰਸ ਅਕਾਲੀ ਦਲ ਨੂੰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦੇਣ 'ਚ ਕਾਮਯਾਬ ਹੋ ਰਹੀ ਹੈ? ਕਾਂਗਰਸ ਅਕਾਲੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਣ 'ਚ ਕਾਮਯਾਬ ਹੋ ਰਹੀ ਹੈ, ਹਲੇ ਟਾਈਮ ਲੱਗੇਗਾ। ਪਰ ਸਿੱਟ 'ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ, ਸਿੱਟ ਦੇ ਇਲਜ਼ਾਮ 'ਤੇ ਵਿਰੋਧੀ ਲਗਾ ਰਹੇ ਨੇ ਪਰ ਨਜਾਇਜ਼ ਹੈ। ਕਾਂਡ ਦੇ ਵਿੱਚ ਹੁਣ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਤੁਸੀਂ ਕੀ ਸੋਚੋਗੇ? ਇਹਨੂੰ ਦੇਖੋ ਜੀ, ਕਾਰਵਾਈ ਚੱਲ ਰਹੀ ਹੈ ਜੀ, ਰੋਜ਼ ਬਿਆਨ ਆ ਰਹੇ ਨੇ ਉਹਨਾਂ ਦੇ, ਠੀਕ ਹੈ ਨਾ। ਆਪਾਂ ਨੂੰ ਪਤਾ ਕਿ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਮਿਲੇਗੀ ਜ਼ਰੂਰ। ਨਸ਼ੇ ਇੱਕ ਬਹੁਤ ਵੱਡਾ ਮੁੱਦਾ ਲੈ ਕੇ ਆਏ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਕੈਪਟਨ ਸਾਹਿਬ, ਕੀ ਸੋਚਦੇ ਹੋ ਕਿ ਪੰਜਾਬ 'ਚ ਨਸ਼ੇ ਹੁਣ ਖਤਮ ਹੋ ਗਏ ਨੇ? ਬਿਲਕੁਲ ਜੀ, ਕਿਉਂਕਿ 10 ਸਾਲ ਪਹਿਲਾਂ ਜਿਹੜੀ ਅਕਾਲੀ ਸਰਕਾਰ ਰਹੀ ਹੈ ਉਹਨਾਂ ਨੇ ਰੁਜ਼ਗਾਰ ਤਾਂ ਦੇ ਨਹੀਂ ਸਕੇ ਪਰ ਨਸ਼ੇ ਜ਼ਰੂਰ ਦਿੱਤੇ ਉਹਨਾਂ ਨੂੰ, ਉਹਨਾਂ ਨੇ ਬਿਜ਼ਨਸ ਕਰ ਲਿਆ ਸੀਗਾ ਕਿਉਂਕਿ ਰੁਜ਼ਗਾਰ ਤਾਂ ਦੇ ਨਹੀਂ ਸਕੇ ਉਹ। 10 ਸਾਲ 'ਚ ਇੰਨੇ ਹਾਲਾਤ ਮਾੜੇ ਕਰਤੇ ਸੀਗੇ, ਮੇਰੇ ਖਿਆਲ 'ਚ ਸ਼ਾਇਦ ਉਹ ਮਾਂ ਬਾਪ ਖੁਦ ਕਹਿੰਦੇ ਸੀ ਸਾਡੇ ਬੱਚੇ ਮਰ ਜਾਣ, ਇੰਨੇ ਨਸ਼ੇੜੀ ਬਣ ਚੁੱਕੇ ਸੀ। ਤੁਸੀਂ ਦੱਸੋ ਜੀ, ਪਟਿਆਲਾ ਦੇ ਵਿੱਚ ਕੋਈ ਤੁਹਾਡੇ ਕੋਈ ਮੰਗ ਐਮਪੀ ਤੋਂ ਕੀ ਕੁਛ ਹੋਣਾ ਚਾਹੀਦਾ ਪਟਿਆਲੇ 'ਚ, ਕੋਈ ਡਿਮਾਂਡ? ਸਾਡੀ ਡਿਮਾਂਡ ਤਾਂ ਇਹੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਲਿਆਈਏ ਜਿੱਤ ਕੇ, ਕਿਉਂਕਿ ਸਾਡੇ ਖੁਦ ਦੇ ਮੁੱਦੇ ਆ। ਅਸੀਂ ਫੋਕਲ ਪੁਆਇੰਟ, ਸਾਡੀ ਆਪਣੀ ਫੈਕਟਰੀ ਹੈ ਫੋਕਲ ਪੁਆਇੰਟ 'ਤੇ, ਸਾਡੀ ਐਸੋਸੀਏਸ਼ਨ ਨੇ ਵੀ ਬਹੁਤ ਜ਼ੋਰ ਲਾਇਆ, ਪਿਛਲੇ 10 ਸਾਲ ਤੋਂ ਇੱਕ ਵੀ ਸੜਕ ਨਹੀਂ ਬਣੀ ਸੀ, ਜੋ ਕਿ ਮਹਾਰਾਜਾ ਸਾਹਿਬ ਦੇ ਆਉਣ ਤੋਂ ਬਾਅਦ 10 ਸਾਲ ਬਾਅਦ ਸਾਨੂੰ ਸੜਕਾਂ ਦਾ ਵਧੀਆ ਸਾਨੂੰ ਵਧੀਆ ਸੜਕਾਂ ਮਿਲੀਆਂ। ਨਹੀਂ ਸਾਨੂੰ ਐਂ ਲੱਗਦਾ ਸੀ ਵੀ ਅਸੀਂ ਕਿਸੇ ਪਿੰਡ 'ਚ ਬੈਠੇ ਹਾਂ। ਪ੍ਰਾਪਰਟੀ ਦਾ ਬਿਜ਼ਨਸ ਅੱਜ ਵੀ ਡਾਊਨ ਹੈ, ਅੱਜ ਵੀ ਮੰਦੇ ਜਾ ਰਿਹਾ, ਇਹਦੇ ਉੱਤੇ ਕੀ ਕਹੋਗੇ? ਇਹ ਕੋਈ ਪੰਜਾਬ ਦੇ ਵਿੱਚ ਜਾਂ ਪਟਿਆਲੇ ਵਿੱਚ ਨਹੀਂ ਡਾਊਨ, ਇਹ ਤਾਂ ਆਲ ਇੰਡੀਆ ਦੇ ਵਿੱਚ ਹੀ ਸਲੰਪ ਆਇਆ ਹੈ ਪ੍ਰਾਪਰਟੀ ਦਾ। ਪਰ ਸਾਡੇ ਜੇ ਕਹੀਏ ਪੰਜਾਬ ਵੀ ਇੰਨਾ ਮਾੜਾ ਹਾਲ ਨਹੀਂ ਹੈ, ਪ੍ਰਾਪਰਟੀ ਇੱਥੇ ਚੱਲ ਰਿਹਾ, ਕੰਮ ਸੋਹਣਾ ਚੱਲ ਰਿਹਾ ਇੱਥੇ। ਬਿਜਲੀ ਦੇ ਰੇਟ ਦੇ ਉੱਤੇ ਜਿਹੜੀ ਮਹਾਰਾਜ ਸਾਹਿਬ ਜਦੋਂ ਆਏ ਸੀ, ਕੈਪਟਨ ਅਮਰਿੰਦਰ ਸਿੰਘ ਆਏ ਸੀਗੇ ਬਿਜਲੀ ਦੇ ਉੱਤੇ, ਤਾਂ ਉਹ 5 ਰੁਪਏ ਯੂਨਿਟ ਦੀ ਗੱਲ ਕੀਤੀ ਸੀ ਉਹਨਾਂ ਨੇ, ਪਰ ਬਿਜਲੀ ਅੱਜ ਵੀ ਸਟਿਲ 8-9 ਰੁਪਏ ਯੂਨਿਟ ਚੱਲ ਰਹੀ ਹੈ, ਇਹਦੇ ਉੱਤੇ ਕੀ ਕਹੋਗੇ? ਸਰ ਇਹਦੇ ਉੱਤੇ ਸਿਰਫ ਇੰਨਾ ਹੀ ਕਹਿਣਾ ਚਾਹਾਂਗੇ, ਹੌਲੀ ਹੌਲੀ ਉਸ 'ਤੇ ਵੀ ਵਰਕ ਕੀਤਾ ਜਾ ਰਿਹਾ ਜੋ ਕਾਂਗਰਸ ਸਰਕਾਰ ਦੁਆਰਾ, ਠੀਕ ਹੈ। ਜਿਵੇਂ ਹੁਣ ਪਿੱਛੇ ਜੇ ਮਹਾਰਾਜ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਪੈਟਰੋਲ ਦੇ ਡੀਜ਼ਲ ਦੇ ਰੇਟ ਘਟਾਏ ਨੇ, ਤਾਂ ਇਹਨੂੰ ਥੋੜ੍ਹਾ ਟਾਈਮ ਹੋਇਆ, ਹੌਲੀ ਹੌਲੀ ਇਸ 'ਤੇ ਵੀ ਨਿਕਲ ਕਸ ਲਏਗੀ ਅਤੇ ਬਿਜਲੀ ਦੇ ਰੇਟ ਦੁਬਾਰਾ ਰਿਵਾਈਵ ਕਰਕੇ ਘਟਾਏ ਵੀ ਜਾਣਗੇ। 13 ਦੀਆਂ 13 ਸੀਟਾਂ ਦਾ ਦਾਅਵਾ ਕੀਤਾ ਜਾ ਰਿਹਾ, ਤੁਸੀਂ ਸੋਚਦੇ ਲੈ ਜਾਣਗੇ 13 ਸੀਟਾਂ ਕਾਂਗਰਸ ਪਾਰਟੀ ਲੈ ਜਾਏਗੀ ਪੰਜਾਬ 'ਚੋਂ? ਸ਼ੋਰ ਸ਼ੋਰ, ਕਿਉਂਕਿ ਜਿਹੜਾ ਪੰਜਾਬ 'ਚ ਵਿਪਕਸ਼ ਹੈ, ਚਾਹੇ ਉਹ ਅਕਾਲੀ ਦਲ ਹੈ, ਕਿੰਨੇ ਫਾੜ ਹੋ ਗਏ, ਆਮ ਆਦਮੀ ਉਹਦੇ ਫਾੜ ਹੋ ਗਏ, ਇਹਨਾਂ ਦੀ ਅਲੱਗ ਅਲੱਗ ਸੂਰ ਹੈ। ਇਸ ਲਈ ਕਾਂਗਰਸ 'ਚ ਮਹਾਰਾਜ ਸਾਹਿਬ ਦੇ ਨਾਮ 'ਤੇ ਵੋਟ ਪਏਗੀ, ਕਾਂਗਰਸ ਪਾਰਟੀ ਨੂੰ ਵੋਟ ਪਏਗੀ। ਅਕਾਲੀ ਦਲ ਜੋ ਹੈ ਉਹਦੇ 3-4 ਵਾਰਡ ਹੋ ਚੁੱਕੇ ਨੇ, ਹੁਣ ਤੁਸੀਂ ਸੋਚਦੇ ਹੋ ਅਕਾਲੀ ਦਲ ਕਿੰਨੀਆਂ ਕੁ ਸੀਟਾਂ ਲੱਗ ਜਾਏਗਾ ਪੰਜਾਬ 'ਚੋਂ?
ਇਹਨਾਂ ਦੀ ਜਿਹੜੀ ਸੋਚ ਸੀਗੀ ਉਹ ਉਹਨਾਂ ਦੋ ਫੜ ਕਰ ਗਈ, ਤਿੰਨ ਫੜ ਕਰ ਗਈ, ਚਾਰ ਫੜ ਕਰ ਗਈ, ਉਹ ਆਪ ਆਪਣੀ ਸੋਚ ਨਾਲ ਬਿਖਰ ਗਏ ਨੇ। ਲੇਕਿਨ ਅੱਜ ਜੋ ਕਾਂਗਰਸ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਪੂਰੇ ਪੰਜਾਬ ਦੇ ਵਿੱਚ, ਮੈਂ ਘੁੰਮਿਆ, ਸਾਡੇ ਰਿਸ਼ਤੇਦਾਰ ਵੀ ਨੇ, ਅਤੇ ਉੱਥੇ ਮੈਂ ਦੇਖਿਆ ਵੀ ਹਵਾ ਬਿਲਕੁਲ ਕਾਂਗਰਸ ਦੇ ਹੱਕ 'ਚ ਆ। ਹੁਣ ਪਿਛਲੇ ਦਿਨ ਜਿਹੜੀ ਜਿਮਨੀ ਚੋਣ ਹੋਈ ਸੀਗੀ ਗੁਰਦਾਸਪੁਰ ਵਾਲੀ, ਅਤੇ ਜਾਖੜ ਸਾਹਿਬ ਤੋਂ ਜਿੱਤੇ ਨੇ ਵਧੀਆ ਤਰੀਕੇ ਦੇ ਨਾਲ, ਔਰ ਦੇਖੋ ਇੰਨੇ ਵਧੀਆ ਲੀਡਰ ਹੋਣ ਦੇ ਬਾਵਜੂਦ ਵੀ ਅੱਜ ਵੀ ਉਹ ਪੰਜਾਬ ਦੀ ਕਮਾਂਡ ਸੰਭਾਲੀ ਬੈਠੇ ਨੇ। ਇੱਧਰੋਂ ਕੈਪਟਨ ਸਾਹਿਬ ਹੋ ਗਏ, ਉਹਨਾਂ